ਪੰਜਾਬ ਤੋਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਆਈਆਂ ਤੇ ਕੋਸ਼ਿਸ਼ ਹੁਣ ਕਰਿਆ ਕਰਨੀ ਆ ਕਿ 2 ਮਿੰਟ ਚ ਨਾ ਤੁਹਾਨੂੰ ਸਾਰੀਆਂ ਮੇਨ ਮੇਨ ਗੱਲਾਂ ਜਿਹੜੀਆਂ ਉਹ ਦੱਸਾਂ ਸੋ ਵੀਰੋ ਸਭ ਤੋਂ ਪਹਿਲਾਂ ਤਾਂ ਜਿਹੜੀ ਆਈ ਆ ਜੀ ਮਲੇਰ ਕੋਟਲਾ ਦੇ ਵਿੱਚ ਸਭ ਫਾਇਰ ਅਫਸਰ ਜਿਹੜਾ ਉਹ ਰਿਸ਼ਵਤ ਲੈਂਦਾ ਗ੍ਰਫਤਾਰ ਹੋਇਆ ਆ ਡਿਪਾਰਟਮੈਂਟ ਦੇ ਵਿੱਚ ਨੌਕਰੀ ਦੇ ਨਾਮ ਦੇ ਉੱਤੇ 1.70 ਲੱਖ ਲੈ ਚੁੱਕਾ ਆ ਤੇ 12.5 ਹਜ਼ਾਰ ਲੈਂਦਾ ਜਿਹੜਾ ਵਿਜੀਲੈਂਸ ਨੇ ਉਹ ਫੜਿਆ ਆ ਇਸ ਤੋਂ ਬਾਅਦ ਜੀ ਅੱਗੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਆ ਸੁਨੀਲ ਜਾਖੜ ਜੀ ਸੋ ਦਿੱਲੀ ਦੇ ਵਿੱਚ ਜੇਪੀ ਨੱড্ডা ਜਿਹੜੇ ਆ ਉਹਨਾਂ ਨੇ ਲੈਟਰ ਦਿੱਤਾ ਆ ਤੇ ਕਿਹਾ ਆ ਕਿ ਪੰਜਾਬ ਦੇ ਵਿੱਚ ਵਿਪਖਸ਼ਤਾ ਜਿਹੜਾ ਉਹ ਰੋਲ ਅਦਾ ਕਰਨਗੇ ਸੋ 2024 ਦੇ ਲੋਕ ਸਭਾ ਚੋਣਾਂ ਤੋਂ ਠੀਕ 1 ਸਾਲ ਪਹਿਲਾਂ ਭਾਜਪਾ ਜਿਹੜੀ ਪੰਜਾਬ ਦੇ ਵਿੱਚ ਆ ਉਹਦੇ 'ਚ ਵੱਡਾ ਬਦਲਾਅ ਕੀਤਾ ਗਿਆ ਆ ਕਾਂਗਰਸ ਨੂੰ ਛੱਡ ਕੇ ਭਾਜਪੀ ਦੇ ਵਿੱਚ ਆਏ ਦਿੱਗਜ ਨੇਤਾ ਸੁਨੀਲ ਜਾਖੜ ਨੂੰ ਜਿਹੜਾ ਉਹ ਪੰਜਾਬ ਦੀ ਕਮਾਂਡ ਸੌਂਪੀ ਗਈ ਆ। ਨਾਮ ਦੀ ਕੋਸ਼ਨਾ ਤੋਂ ਬਾਅਦ ਜਿਹੜੇ ਪ੍ਰਦੇਸ਼ ਅਧਿਐਕਸ਼ ਬਣੇ ਸੁਨੀਲ ਜਾਖੜ ਜਿਹੜੇ ਉਹ ਰਾਸ਼ਟਰੀ ਅਧਿਐਕਸ਼ ਜੇਪੀ ਨੱਡਾ ਦੇ ਨਾਲ ਜਿਹੜਾ ਉਹ ਮਿਲਣ ਪੁੱਜੇ। ਸੋ ਅੱਗੇ ਜੇਕਰ ਗੱਲ ਕਰੀਏ ਤਾਂ ਫਰੀਦਕੋਟ ਦਾ ਪੀਡੀ ਅਗਰਵਾਲ ਟੋਲ ਪਲਾਜ਼ਾ ਕੱਲ ਤੋਂ ਫ੍ਰੀ। ਮੁੱਖ ਮੰਤਰੀ ਭਗਵੰਤ ਮਾਨ ਜੀ ਕਰਨਗੇ ਜਿਹੜਾ ਇਹ ਬੰਦ ਕਰਨ ਦਾ ਐਲਾਨ ਪਹਿਲਾ 21 ਜੁਲਾਈ ਨੂੰ ਹੋਣਾ ਸੀ ਪੰਜਾਬ ਦੇ ਫਰੀਦਕੋਟ ਸਥਿਤ ਕੋਟਕਪੂਰਾ ਮੋਗਾ ਹਾਈਵੇ ਦੇ ਉੱਪਰ ਪਿੰਡ ਚੰਦ ਪੁਰਾਣਾ ਦੇ ਵਿੱਚ ਲੱਗਾ ਪੀਡੀ ਅਗਰਵਾਲ ਟੋਲ ਪਲਾਜ਼ਾ ਜਿਹੜਾ ਉਹ ਉਹਦਵਾਰ ਸਵੇਰੇ 10 ਵਜੇ ਜਿਹੜਾ ਉਹ ਆਉਣ ਜਾਣ ਦੇ ਲਈ ਫ੍ਰੀ ਹੋ ਜਾਏਗਾ ਟੋਲ ਪਲਾਜ਼ਾ ਦੇ ਖਤਮ ਹੋਣ ਦੀ ਘੋਸ਼ਣਾ ਜਿਹੜੀ ਉਹ ਕਰਨ ਦੇ ਲਈ ਪ੍ਰਦੇਸ਼ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਕੱਲ ਟੋਲ ਪਲਾਜ਼ਾ ਜਿਹੜਾ ਉਹ ਪਹੁੰਚ ਰਹੇ ਆ ਹਾਲਾਂਕਿ ਇਹ ਟੋਲ ਪਲਾਜ਼ਾ ਜਿਹੜਾ ਉਹ ਬੰਦ ਕਰਨ ਦੀ ਗੱਲ ਜਿਹੜੀ 21 ਜੁਲਾਈ ਨੂੰ ਕਹੀ ਗਈ ਸੀ ਲੇਕਿਨ ਜਿਹੜੀ ਕੰਪਨੀ ਆ ਉਹਨੇ ਪੈਸੇ ਪੂਰੇ ਹੋ ਜਾਣ ਤੇ ਇਸ ਜਿਹੜਾ ਟੋਲ ਇਹ ਹੈਗਾ ਆ ਇਹਨੂੰ ਪਹਿਲਾਂ ਹੀ ਜਿਹੜਾ ਉਹ ਬੰਦ ਕਰਤਾ ਬੜੀ ਵੱਡੀ ਗੱਲ ਆ ਭਾਈ ਪੈਸੇ ਪੂਰੇ ਹੋ ਗਏ ਆ ਇਸ ਕੰਪਨੀ ਨੇ ਕਿਹਾ ਆ ਇਸ ਤੋਂ ਬਾਅਦ ਜੀ ਅਵੋਰ ਤੋਂ ਇੱਕ ਯੁਵਕ ਲਾਪਤਾ ਸੀ ਉਹਦੀ ਜਿਹੜੀ ਉਹ ਲਾਸ਼ ਮਿਲੀ ਆ ਤੇ ਬਾਈਕ ਦੇ ਉੱਪਰ ਜਿਹੜਾ ਉਹ ਬਿਠਾ ਕੇ ਲੈ ਗਿਆ ਸੀ ਦੋਸਤ ਤੇ ਪੁਲਿਸ ਹਰਾਸਤ ਦੇ ਵਿੱਚ ਲੈ ਕੇ ਪੁੱਛਤਾਛ ਕਰ ਰਹੀ ਆ ਇਸ ਤੋਂ ਇਲਾਵਾ ਜੀ ਹੁਣ ਪੰਜਾਬੀ ਸੇਵ ਜਿਹੜੇ ਸਥਾਨੀਆ ਕਿਸਾਨ ਉਹ ਉਗਾਣਗੇ ਤੇ ਉਹੀ ਜਿਹੜੇ ਹੁਣ ਪੰਜਾਬ ਚ ਖਾਏ ਜਾਣਗੇ ਅੱਗੇ ਜੀ ਜਿਹੜੇ ਗੈਂਗਸਟਰ ਮੁਖਤਾਰ ਅंसारी ਦੇ ਉੱਪਰ ਪੰਜਾਬ ਦੇ ਵਿੱਚ ਜਿਹੜਾ ਉਹ ਸਿਆਸੀ ਕਮਾਸਾਨ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਉਹ ਚੱਲ ਰਿਹਾ ਆ ਫਤੇਗੜ ਸਾਹਿਬ ਦੇ ਵਿੱਚ ਐਸ ਡੀਓ ਜਿਹੜਾ ਉਹ 2 ਲੱਖ ਰਿਸ਼ਵਤ ਲੈਂਦਾ ਜਿਹੜਾ ਉਹ ਧਰਿਆ ਗਿਆ ਆ ਵਿਜੀਲੈਂਸ ਨੇ ਜਿਹੜੀ ਕਾਰਵਾਈ ਕੀਤੀ ਆ ਤੇ ਯੂਜ਼ਰ ਸਰਟੀਫਿਕੇਟ ਜਾਰੀ ਕਰਨ ਦੇ ਲਈ ਉਹਨੇ ਜਿਹੜੇ ਉਹ 5 ਲੱਖ ਮੰਗੇ ਸੀ ਤੇ ਇਹ ਜਿਹੜੀ ਖਬਰ ਆ ਰਹੀ ਆ ਪੰਜਾਬ ਦੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਜਿਹੜਾ ਇਹ ਵਿਜੀਲੈਂਸ ਨੇ 48 ਘੰਟੇ ਦੇ ਵਿੱਚ ਦੂਸਰੀ ਵੱਡੀ ਕਾਰਵਾਈ ਕੀਤੀ ਸੋ ਵੀਰੋ ਕੋਸ਼ਿਸ਼ ਕਰਿਆ ਕਰਨੀ ਆ ਰੈਪਿਡਲੀ ਕੁਇਕਲੀ ਜਿਹੜੀਆਂ ਤੁਹਾਨੂੰ ਮੇਨ ਮੇਨ ਖਬਰਾਂ ਪੰਜਾਬ ਦੀਆਂ ਦੱਸ ਦਰਾਂ ਮੈਂ ਸੋ ਇਹ ਆ ਤੇ ਮੈਨੂੰ ਵੀ ਵਧੀਆ ਲੱਗਦਾ ਤੇ ਮੈਂ ਚਾਹਨਾ ਕਿ ਹਰ ਕੋਈ ਜਿਹੜਾ ਉਹ ਅਪ ਟੂ ਡੇਟ ਰਹੇ ਬਾਕੀ ਤੁਸੀਂ ਚੈੱਕ ਕਰ ਲਿਓ ਥੋੜੀ ਥੋੜੀ ਗੱਲ ਦੱਸੀ ਆ ਵਿਸਤਾਰ ਨਾਲ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਖੁਸ਼ ਰਹੋ ਤੇ ਜ਼ਿੰਦਾਬਾਦ